ਤੇ ਉਧਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਨੇ। ਉਹਨਾਂ ਨੇ ਮੀਡੀਆ ਸਾਹਮਣੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਸਪਸ਼ਟੀਕਰਨ ਦਿੰਦਿਆਂ ਆਖਿਆ ਕਿ ਉਹਨਾਂ ਦੇ ਵਿਰੋਧੀਆਂ ਉਹਨਾਂ ਦੇ ਅਕਸ ਨੂੰ ਢਾਹ ਲਗਾਉਣ ਅਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਇਸੇ ਸਾਜਿਸ਼ ਤਹਿਤ ਉਹਨਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਸੰਬੰਧੀ ਉਹ ਪਹਿਲਾਂ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਇਹੀ ਸਪਸ਼ਟੀਕਰਨ ਦੇ ਚੁੱਕੇ ਨੇ। ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਨੇ। ਹੁਣ ਬੋਰਡ ਦੇ ਮੈਂਬਰ ਖਮਿੱਕਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਸ਼ਿਕਾਇਤ ਕੀਤੀ ਕਿ ਗਿਆਨੀ ਇਕਬਾਲ ਸਿੰਘ ਨੇ 2 ਵਿਆਹ ਕਰਵਾਏ ਅਤੇ ਉਹਨਾਂ ਵੱਲੋਂ ਪੰਥਕ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦਾ ਕਾਨ ਕੀਤਾ ਜਾ ਰਿਹਾ। ਤਖ਼ਤ ਪਟਨਾ ਸਾਹਿਬ ਦੀ ਵਡਿਆਈ ਵੱਡੀ ਹੈ। ਜਿਹੜੇ ਬੰਦੇ ਨੇ ਉਹ ਗਲਤ ਹੋ ਸਕਦੇ, ਤਖ਼ਤ ਮਹਾਨ ਹੈ, ਉਹਦਾ ਸਿਧਾਂਤ ਮਹਾਨ ਹੈ, ਉਹ ਸਦਾ ਮਹਾਨ ਹੀ ਰਹੇਗਾ। ਅਤੇ ਬੰਦੇ ਜਿਹੜੇ ਨੇ ਕੋਈ ਚੰਗੇ ਆ ਗਏ, ਕੋਈ ਵਿਰੋਧੀ ਆ ਗਏ, ਕਿਸੇ ਤਰ੍ਹਾਂ ਦੇ ਆ ਗਏ, ਉਹ ਸਮਾਂ ਚੱਲਦਾ ਰਹਿੰਦਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ 350ਵਾਂ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ, ਜਿਹਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮਹਾਨ ਸਨਮਾਨ ਹੋਇਆ, ਤਖ਼ਤ ਸਾਹਿਬ ਦੀ ਮਹਿਮਾ ਜਿਹੜੀ ਹੈ ਸਾਰੇ ਪ੍ਰਗਟ ਹੋਈ। ਸ਼ੁਕਰਾਨਾ ਵੀ 351 ਚੜ੍ਹਦੀ ਕਲਾ ਨਾਲ ਮਨਾਇਆ ਗਿਆ, ਇਸ ਵਾਰ 352 ਵੀ ਜੋ ਹੈ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਅਤੇ ਇਸ ਸਾਲ ਹੀ ਦਸੰਬਰ ਵਿੱਚ ਪ੍ਰਬੰਧਕ ਕਮੇਟੀ ਦੀ ਤਬਦੀਲੀ ਹੋਈ। ਉਸ ਤਬਦੀਲੀ ਦੇ ਵਿੱਚ ਜਿਹੜਾ ਖਮਿੱਕਰ ਸਿੰਘ ਗਰੁੱਪ ਸੀ, ਇਹ ਚਾਹੁੰਦੇ ਸੀ ਵੀ ਅਸੀਂ ਇੱਥੇ ਕਬਜ਼ਾ ਕਰ ਲਈਏ, ਪਰ ਇਹਨਾਂ ਦਾ ਕਬਜ਼ਾ ਨਾ ਹੋਣ ਕਰਕੇ ਇਹਨਾਂ ਸੋਚਿਆ ਵੀ ਚਲੋ ਜੇ ਕਬਜ਼ਾ ਨਹੀਂ ਹੋਇਆ ਸਟੇਜ 'ਤੇ ਵੀ ਸਾਨੂੰ ਜਿਹੜਾ ਹੈ ਉਹ ਪੂਰਾ ਪਾਵਰ ਮਿਲ ਜਾਏ, ਪਰ ਜਿਹੜੇ ਵਿਰੋਧੀ ਧਿਰੇ ਸਟੇਜ 'ਤੇ ਅਸੀਂ ਉਹਨੂੰ ਦੇ ਨਹੀਂ ਸਕਦੇ। ਇਸ ਕਰਕੇ ਇਹਨੇ ਚਿੜ ਕੇ ਮਤਲਬ ਬੇਬੁਨਿਆਦ ਜਿਹੜੇ ਝੂਠੇ, ਜਿਨ੍ਹਾਂ ਬਾਰੇ ਪਹਿਲੇ ਮਤਲਬ ਕਿੰਨੀ ਵਾਰ ਇਹ ਗੱਲ ਸਪਸ਼ਟ ਹੋ ਚੁੱਕੀ ਹੈ, ਪਰ ਫਿਰ ਪੁਰਾਣੀਆਂ ਗੱਲਾਂ ਨੂੰ ਲੈ ਕੇ ਵਾਰ ਵਾਰ ਉਹਦੇ ਇਲਜ਼ਾਮ ਲਾਉਣ ਦਾ ਮਤਲਬ ਇਹ ਵੀ ਤਖ਼ਤ ਸਾਹਿਬ ਦਾ ਵਿਰੋਧ ਕਰ ਰਿਹਾ, ਉਹ ਮੇਰਾ ਵਿਰੋਧ ਨਹੀਂ ਕਰ ਰਿਹਾ, ਉਹ ਤਖ਼ਤ ਸਾਹਿਬ। ਪਰ ਸਿੰਘ ਸਾਹਿਬ ਸਵਾਲ ਇਹ ਹੈ ਕਿ ਇੱਕ ਇੰਨੇ ਵੱਡੇ ਤਖ਼ਤ ਦੇ ਜਥੇਦਾਰ ਦੇ ਚਰਿੱਤਰ ਦੇ ਉੱਪਰ ਸਵਾਲ ਖੜੇ ਕੀਤੇ ਜਾਣਾ, ਹਾਲਾਂਕਿ ਤੁਸੀਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਹ ਗੱਲ ਉੱਠਦੀ ਰਹੀ ਹੈ, ਪਰ ਹੁਣ ਇੱਕ ਪਾਸੇ ਪ੍ਰਧਾਨ ਦੇ ਖਿਲਾਫ਼ ਸ਼ਿਕਾਇਤ ਆਉਂਦੀ ਹੈ, ਉਹਨਾਂ ਨੇ ਪੇਸ਼ ਹੋਣਾ ਹੁੰਦਾ, ਔਰ ਉਸੇ ਵੇਲੇ ਹੀ ਉਸੇ ਦਿਨ ਤੁਹਾਡੇ ਖਿਲਾਫ਼ ਉੱਥੇ ਫੋਟੋਆਂ ਦੇ ਨਾਲ ਸ਼ਿਕਾਇਤ ਪਹੁੰਚ ਜਾਂਦੀ। ਦੇਖੋ ਇਹ ਤਾਂ ਝੂਠੇ, ਕਿਸੇ ਬਾਰੇ ਕੋਈ ਝੂਠ ਜਿੰਨਾ ਮਰਜ਼ੀ ਕੋਈ ਲਾ ਲਵੇ। ਇਹ ਗੱਲ ਕਿੰਨੀ ਵਾਰ ਮੈਂ 26/5/2008 ਵਿੱਚ ਸਾਰੇ ਅਖਬਾਰਾਂ ਨੂੰ ਇਹ ਨਿਊਜ਼ ਭੇਜੀ ਸੀ, ਉਦੋਂ ਸਾਹਿਬ ਤੁਹਾਡੇ ਕੋਲ ਹੋਏਗੀ ਤੁਸੀਂ ਪੜ੍ਹ ਦੇਖ ਲਿਆ ਜੇ। ਉਹਦੇ ਵਿੱਚ ਇਹ ਸੀ ਵੀ ਪਹਿਲਾਂ ਜਿਹੜੀ ਮੇਰੀ ਸ਼ਾਦੀ ਸੀ, ਮੇਰੇ ਬੱਚੇ ਸੀ, ਅਤੇ ਉਹ ਥੋੜ੍ਹਾ ਆਪਸੀ ਸਾਡਾ ਮਤਭੇਦ ਹੋ ਗਿਆ ਅਤੇ ਉਹ ਚਲੀ ਗਈ। ਉਸ ਤੋਂ ਬਾਅਦ ਉਹ ਤਕਰੀਬਨ 2 ਸਾਲ ਤੱਕ ਸੰਪਰਕ, ਬੱਚੇ ਮੇਰੇ ਕੋਲ ਸੀ ਅਤੇ ਬੱਚਿਆਂ ਦੀ ਦੇਖਭਾਲ ਵਾਸਤੇ, ਅਤੇ ਫਿਰ ਇਕੱਲਾ ਹੋਣ ਕਰਕੇ ਮੈਂ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਨਾਲ ਕੋਈ ਐਸਾ ਸੰਬੰਧ ਬਣ ਜਾਏ। ਫਿਰ ਇਹਦੇ ਨਾਲ ਸਾਰੀ ਗੱਲਬਾਤ ਹੋਈ, ਜਿਹੜੀ ਬਲਜੀਤ ਕੌਰ ਅੱਜ ਕੱਲ੍ਹ ਨਾਗੋਕੇ ਪਿੰਡ ਰਹਿ ਰਹੀ ਹੈ ਅਤੇ ਬ੍ਰਾਹਮਣ ਹੈਗੇ ਨੇ ਉੱਥੋਂ ਦੇ ਆਪਣੇ ਦੇ ਜੰਮੂ ਕਸ਼ਮੀਰ ਦੇ, ਅਤੇ ਇਹਦਾ ਸੰਪਰਕ ਸੀ। ਪਹਿਲੇ ਇਹ ਸਿੰਘ ਸਾਹਿਬ ਕੋਲ ਆਉਂਦੀ ਸੀ, ਗਿਆਨੀ ਰਣਜੀਤ ਜਿਹੜੇ ਜਦੋਂ ਜਥੇਦਾਰ ਅਕਾਲ ਤਖ਼ਤ ਸੀਗੇ, ਸਿੰਘ ਸਾਹਿਬ ਗਿਆਨੀ ਰਣਜੀਤ, ਇਹਨਾਂ ਕੋਲ ਇਹਦਾ ਆਉਣਾ ਜਾਣਾ ਕਾਫੀ ਸੀਗਾ, ਅਤੇ ਮੰਦ ਚਮਕੌਰ ਸਿੰਘ ਦੇ ਨਾਲ ਇਹਦੀ ਵਾਕਫੀਅਤ ਹੋਈ, ਮੰਦ ਕਰਮਜੀਤ ਸਿੰਘ ਨਾਲ ਵਾਕਫੀਅਤ ਹੋਈ। ਉਹਨਾਂ ਨੇ ਮੈਨੂੰ ਕਿਹਾ ਵੀ ਸਿੰਘ ਸਾਹਿਬ, ਫਿਰ ਸਾਡੇ ਕਮੇਟੀ ਦੇ ਜਨਰਲ ਸੈਕਟਰੀ ਉਦੋਂ ਜਿਹੜੇ ਸੀ ਉਹੀ ਹੋਣ ਹੈਗੇ ਆ, ਦੁਬਾਰੇ ਉਹ ਆਏ ਉਹਨੇ 10 ਸਾਲ ਬਾਅਦ। ਕਹਿਣ ਲੱਗੇ ਵੀ ਦੇਖੋ ਵੀ ਤੁਹਾਨੂੰ ਬੱਚਿਆਂ ਦੀ ਦੇਖਭਾਲ ਵਾਸਤੇ ਕੋਈ ਚਾਹੀਦਾ ਹੈ,
ਅਤੇ ਮੈਂ ਕਿਹਾ ਵੀ ਠੀਕ ਹੈ, ਬੱਚੇ ਤਿਆਰ ਹੋਣਾ, ਸਕੂਲ ਜਾਣਾ, ਹੋਰ ਸਾਰੀ ਤਿਆਰੀ ਵਾਸਤੇ। ਅਤੇ ਜਦੋਂ ਇਹਦੇ ਨਾਲ ਸਾਰੀ ਗੱਲਬਾਤ, ਪਹਿਲੀ ਸਾਰੀ ਗੱਲਬਾਤ ਹੋ ਗਈ ਵੀ ਆਪਣਾ ਬਾਕੀ ਕੋਈ ਰਿਸ਼ਤਾ ਨਹੀਂ ਹੋਏਗਾ ਅਤੇ ਸਿਰਫ ਬੱਚਿਆਂ ਦੀ ਦੇਖਭਾਲ ਦੀ ਹੈ, ਬਾਕੀ ਜੋ ਤੇਰਾ ਹੈਗਾ ਤੈਨੂੰ ਮਾਨ ਸਨਮਾਨ ਉਹ ਪੂਰਾ ਮਿਲੇਗਾ। ਅਤੇ ਮਹੀਨੇ ਬਾਅਦ ਇਹਨੇ ਮਤਲਬ ਕਹਿਣਾ ਸ਼ੁਰੂ ਕਰ ਦਿੱਤਾ ਜੀ ਮੇਰੇ ਤਾਂ ਭੈਣ ਕੁਆਰੀਆਂ ਬੈਠੀਆਂ ਨੇ ਉਹਨਾਂ ਦਾ ਪ੍ਰਬੰਧ ਕਰੋ। ਅਤੇ ਫਿਰ ਇੱਕੇ ਦੀ ਭੈਣ ਦੀ ਸ਼ਾਦੀ ਰੋਹਤਕ ਕਰਾ ਦਿੱਤੀ ਮੰਤ ਪਰਮਜੀਤ ਸਿੰਘ ਦੇ ਨਾਲ। ਅਤੇ ਉਸ ਤੋਂ ਬਾਅਦ ਕਹਿੰਦੇ ਮੈਂ ਛੋਟੀ ਭੈਣ ਦੀ ਨੌਕਰੀ ਲਵਾ ਦਿਓ, ਫਿਰ ਉਹ ਮੰਤ ਮਨਜੀਤ ਸਿੰਘ ਨੂੰ ਕਹਿ ਕੇ ਜੰਮੂ ਉਹਦੀ ਨੌਕਰੀ ਵੀ ਲਵਾ ਦਿੱਤੀ। ਅਤੇ ਫਿਰ ਕਹਿੰਦੀ ਹੁਣ ਮੈਨੂੰ ਰਹਿਣ ਵਾਸਤੇ ਵੱਖਰਾ ਮਕਾਨ ਚਾਹੀਦਾ, ਉਹ ਮੇਰਾ ਪ੍ਰਬੰਧ। ਹਰ ਇਹਨੇ ਮਹੀਨੇ ਬਾਅਦ ਇਹਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬਹੁਤ ਜ਼ਿਆਦਾ ਜਦੋਂ ਮੈਂ ਤੰਗ ਹੋ ਗਿਆ, ਅਤੇ 2008 ਵਿੱਚ ਮੈਂ ਸਾਰੇ ਪ੍ਰੈਸ ਨੋਟ ਬਣਾ ਕੇ ਸਾਰੇ ਅਖਬਾਰਾਂ ਨੂੰ ਦੇ ਤਾ ਵੀ ਮੈਂ ਬਹੁਤ ਦੁਖੀ ਹਾਂ, ਇਸ ਤੋਂ ਮੇਰਾ ਕਦੋਂ ਛੁਟਕਾਰਾ ਹੋਏਗਾ। ਵੀ ਤੁਸੀਂ ਕੋਈ ਕਾਨੂੰਨੀ ਕਾਰਵਾਈ ਵੀ ਇਸ ਸੰਬੰਧ ਦੇ ਵਿੱਚ ਕੀਤੀ ਹੋਈ? ਕਾਨੂੰਨੀ ਨਹੀਂ ਕੀਤੀ, ਮੈਂ ਕਾਨੂੰਨੀ ਸੋਚਿਆ ਵੀ ਇਸ ਤਰ੍ਹਾਂ ਹੀ ਨਿਪਟਾਰਾ ਹੋ ਜਾਵੇ ਚੰਗਾ ਹੈ। ਫਿਰ ਇਹਨੂੰ ਜਿੰਨੇ ਨੇ ਪੈਸੇ ਮੰਗੇ, ਜੋ ਜਿੰਨੇ ਕਿਹਾ, ਜਿਸ ਤਰ੍ਹਾਂ ਮੈਂ ਜਿਵੇਂ ਕਿਵੇਂ ਵੀ ਮੈਂ ਪ੍ਰਬੰਧ ਕਰਕੇ ਇਹਨੂੰ ਦਿੱਤਾ। ਫਿਰ ਇਹਨੂੰ ਅੱਗੋਂ ਕਿਤੇ ਮਕਾਨ ਲੈ ਕੇ ਦਿੱਤਾ, ਅੱਗੋਂ ਕਿ ਖਡੂਰ ਸਾਹਿਬ ਦੇ ਨਾਲ ਹੀ ਹੈਗਾ। ਅਤੇ ਉੱਥੇ ਫਿਰ ਇਹ ਰਹਿਣ ਲੱਗ ਪਈ, ਉੱਥੋਂ ਫਿਰ ਜੰਮੂ ਤੋਂ ਛੱਡ ਕੇ ਆ ਗਈ, ਆਪਦੀ ਮਾਂ ਨੂੰ ਵੀ ਲਿਆਈ ਨਾਲ, ਅਤੇ ਆਪ ਵੀ ਛੋਟੀ ਭੈਣ ਦੀ ਨੌਕਰੀ ਫਿਰ ਇਹਨੇ ਸ਼ਾਇਦ ਇੱਥੇ ਕਿਤੇ ਲਵਾ ਦਿੱਤੀ, ਖਡੂਰ ਸਾਹਿਬ ਕਿਤੇ ਨੌਕਰੀ ਦੀ ਲਵਾਈ ਇਹਨੇ, ਉੱਥੋਂ ਛੱਡਤੀ, ਨੌਕਰੀ ਵੀ ਛੱਡਤੀ, ਇਹਦੀ ਛੁੱਟੀ ਪਏ ਨੇ। ਅਤੇ ਇਸ ਤਰ੍ਹਾਂ ਨਾਲ ਇਹ ਫਿਰ ਜਦੋਂ ਮੇਰੇ 'ਤੇ ਹਮਲਾ ਹੋਇਆ 7/14 ਨੂੰ, ਕਤਲਾਨਾ ਹਮਲਾ ਹੋਇਆ, ਫਿਰ ਮੇਰੇ ਵਿਰੋਧੀਆਂ ਨਾਲ ਰਲ ਕੇ ਜਦੋਂ ਪਹਿਲੇ ਸਾਰਾ ਕੁਛ ਲੈ ਕੇ ਆ ਗਈ 11 ਵਿੱਚ, ਅਤੇ 11 'ਚ ਇਹ ਉਦੋਂ ਬਾਅਦ ਇਹਨੇ ਕਿਹਾ ਮੈਂ ਨਹੀਂ ਆਵਾਂਗੀ, ਨਹੀਂ ਗਈ ਉਹ ਕੱਲ ਤਾਂ ਪੱਕੀ ਰਹੀ, ਜੋ ਕੁਛ ਨੂੰ ਚਾਹੀਦਾ ਸੀ ਸਾਰਾ ਕੁਛ ਇਹਨੂੰ ਮੈਂ ਦੇ ਦਿੱਤਾ, ਅਤੇ ਇਕੱਠਾ ਹੀ ਲੈ ਕੇ ਆਪਦਾ ਆ ਗਈ ਵੀ ਮੇਰਾ ਇਹਦੇ ਨਾਲ ਗੁਜ਼ਾਰਾ ਚੱਲੇਗਾ, ਮੈਨੂੰ ਲੋੜ ਨਹੀਂ ਹੁਣ।